ਸਮਾਜ ਸੇਵਿਕਾ ਵਿਨੂ ਗੋਇਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬਠਿੰਡਾ ਵਿੱਚ ਲੋਹੜੀ ਤੀਆਂ ਦੀ ਪ੍ਰੋਗਰਾਮ 9 ਜਨਵਰੀ 2019 ਨੂੰ ਮਾਰ ਰੋਡ ਸਰਕਾਰੀ ਸਕੂਲ ਦੇ ਸਾਹਮਣੇ ਕਾਰ ਪਾਰਕਿੰਗ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾਵੇਗਾ। ਇਸ ਵਿੱਚ ਨਵਜੰਮੀਆਂ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਬੜੀ ਹੀ ਖਾਸ ਹੈ ਕਿਉਂਕਿ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਅਤੇ ਸਾਡੇ ਇੱਕ ਪੁਰਾਤਨ ਕਰੂਤੀ ਸਮਾਜ ਦੇ ਵਿੱਚ ਵੀ ਲੜਕੀਆਂ ਦੀ ਹੀ ਲੋਹੜੀ 'ਤੇ ਜਾਂ ਲੜਕਿਆਂ ਦੀ ਲੋਹੜੀ 'ਤੇ ਉਹਨਾਂ ਦੇ ਜਨਮ 'ਤੇ ਬੜੇ ਧੂਮ ਧਮਾਕੇ ਦੇ ਨਾਲ ਪਹਿਲੀ ਲੋਹੜੀ ਤਾਂ ਖਾਸ ਕਰਕੇ ਪਾਰਟੀਆਂ ਕੀਤੀਆਂ ਜਾਂਦੀਆਂ, ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ, ਮਤਲਬ ਬੜੇ ਵੰਨ ਸੁਵੰਨੇ ਪਕਵਾਨ ਬਣਦੇ ਆ ਵੀ ਉਹਨਾਂ ਦੇ ਘਰ ਲੜਕੇ ਨੇ ਜਨਮ ਲਿਆ। ਪਰ ਪਤਾ ਨਹੀਂ ਧੀ ਹਮੇਸ਼ਾ ਵਿਚਾਰੀ ਕਿਉਂ ਰਹਿ ਜਾਂਦੀ ਹੈ। ਜਿਹੜੇ ਘਰ ਧੀ ਨੇ ਜਨਮ ਲਿੱਤਾ ਹੁੰਦਾ ਉੱਥੇ ਜਿਹੜੇ ਮਾੜੇ ਮੋਟੇ ਵੀ ਹੁਣ ਖੁਸ਼ੀ ਮਨਾਉਣ ਲੱਗ ਗਏ, ਇੰਨੀ ਕੁ ਜ਼ਰੂਰ ਮਨਾਉਣ ਲੱਗ ਗਏ ਵੀ ਚਲੋ 4 ਕੁ ਜਣਿਆਂ ਨੂੰ ਬੁਲਾ ਕੇ ਵੀ ਇੱਕ ਵੀ ਹਾਂ ਵੀ ਅਸੀਂ ਵੀ ਖੁਸ਼ ਹਾਂ ਵੀ ਠੀਕ ਹੈ। ਅਤੇ ਲੇਕਿਨ ਉਸ ਤਰੀਕੇ ਦਾ ਜਿਹੜਾ ਮਾਨ ਸਨਮਾਨ ਹੈ ਬਰਾਬਰ ਦਾ ਜਿੱਥੇ ਅਸੀਂ ਕਹਿੰਦੇ ਹਾਂ ਧੀ ਪੁੱਤ ਬਰਾਬਰ, ਉਹ ਸਨਮਾਨ ਹਜੇ ਕਿਤੇ ਨਾ ਕਿਤੇ ਗਾਇਬ ਹੈ। ਤਾਂ ਸੰਸਥਾਵਾਂ ਨੇ ਮਿਲ ਕੇ ਬੜਾ ਹੀ ਅੱਛਾ ਉਪਰਾਲਾ ਕੀਤਾ। ਮੈਂ ਧੰਨਵਾਦ ਕਰਦੀ ਹਾਂ ਸਲਾਮ ਫਾਊਂਡੇਸ਼ਨ ਦਾ, ਸਾਡੇ ਸੁਰੱਖਿਆ ਹੈਲਪਰ ਸੁਸਾਇਟੀ ਦਾ, ਬਿਮਲ ਸਿਕਰਤਨ ਮੰਡਲ, ਬਠਿੰਡਾ ਵਿਕਾਸ ਮੰਚ ਅਤੇ ਡਾਇਮੰਡ ਸੁਸਾਇਟੀ, ਜਿਹੜੇ ਜਿਨ੍ਹਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਕਿ ਲੋਹੜੀ ਅਸੀਂ ਧੀਆਂ ਦੀ ਲੋਹੜੀ ਅਲੱਗ ਅਲੱਗ ਜਗ੍ਹਾ ਨਾ ਸੈਲੀਬ੍ਰੇਟ ਕਰਕੇ ਅਸੀਂ ਇੱਕ ਹੀ ਛੱਤ ਥੱਲੇ ਸਾਰੀਆਂ ਸੰਸਥਾਵਾਂ ਬਲਕਿ ਬਠਿੰਡੇ ਦੀਆਂ ਹੋਰ ਸੰਸਥਾਵਾਂ ਵੀ ਨਾਲ ਰਲ ਕੇ ਇਕੱਠੇ ਹੋ ਕੇ ਇੱਕ ਚੰਗਾ ਉਪਰਾਲਾ ਕਰ ਰਹੀਆਂ ਨੇ ਕਿ ਅਸੀਂ ਲੋਹੜੀ ਧੀਆਂ ਦੀ ਮਨਾ ਰਹੇ ਹਾਂ। ਲੋਹੜੀ ਬਠਿੰਡੇ ਦੀ ਇਹਨੂੰ ਤਾਂ ਦਿੱਤਾ ਕਿਉਂਕਿ ਬਠਿੰਡੇ ਦੀ ਤਕਰੀਬਨ ਸਾਰੀਆਂ ਹੀ ਸੰਸਥਾਵਾਂ ਇਸ ਦਾ ਭਾਗ ਬਣਨ ਜਾ ਰਹੀਆਂ ਅਤੇ ਬਠਿੰਡੇ ਦੀਆਂ ਉਹ ਸਾਰੀਆਂ ਬੇਟੀਆਂ ਨੂੰ 101 ਬੇਟੀਆਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਇਸ ਬਠਿੰਡੇ ਦਾ ਨਾਮ, ਆਪਣੇ ਮਾਂ ਬਾਪ ਦਾ ਨਾਮ, ਆਪਣੇ ਸਮਾਜ ਦਾ ਨਾਮ ਰੋਸ਼ਨ ਕੀਤਾ। ਅਤੇ ਮੈਂ ਸਾਰੇ ਜਿਹੜੇ ਹੈ ਬਠਿੰਡਾ ਦੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ 'ਚ ਪੁੱਜੋ। ਲੇਕਿਨ ਇੱਕ ਜ਼ਰੂਰ ਹੈ ਵੀ ਥੋੜ੍ਹਾ ਜਿਹਾ ਅਨੁਸ਼ਾਸਨ ਦੇ ਲਈ ਫੀਸ ਕਿਸੇ ਤਰ੍ਹਾਂ ਦੀ ਨਹੀਂ ਹੈ, ਲੇਕਿਨ ਇੱਕ ਪਾਸ ਸਿਸਟਮ ਜ਼ਰੂਰ ਰੱਖਿਆ ਹੋਇਆ। ਉਹਦੇ ਵਾਸਤੇ ਮੈਂ ਇੰਨਾ ਦੱਸਣਾ ਚਾਹੂੰਗੀ ਕਿ ਤੁਸੀਂ ਕਿਸੇ ਵੀ ਮੋਬਾਈਲ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਲੇਕਿਨ ਫਾਰਮ ਕਿੱਥੋਂ ਮਿਲਣਗੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦੀ ਹਾਂ, ਡਾਇਮੰਡ ਵੈਲਫੇਅਰ ਸੁਸਾਇਟੀ ਪ੍ਰਤਾਪ ਨਗਰ, ਗਲੀ ਨੰਬਰ 16 ਦੇ ਦਫ਼ਤਰ 'ਚੋਂ, ਜਾਂ ਇੰਡੇਨ ਏਜੰਸੀ ਹੈ ਫੇਸ 1 ਮਾਡਲ ਟਾਊਨ, ਹਨੂੰਮਾਨ ਚੌਂਕ ਸੁਰੱਖਿਆ ਹੈਲਪਰ ਸੁਸਾਇਟੀ, ਟੁੱਟਵੇ ਆਫਿਸ, ਕਿਤੋਂ ਵੀ ਤੁਸੀਂ ਇਹ ਫਾਰਮ ਕਲੈਕਟ ਕਰ ਸਕਦੇ ਹੋ, ਐਂਟਰੀ ਪਾਸ ਵੀ ਲੈ ਸਕਦੇ ਹੋ। ਮੈਨੂੰ ਮੈਡਮ ਨੇ ਸਾਰਾ ਕਹਿ ਦਿੱਤਾ, ਕਹਿੰਦੇ ਧੀ ਹੁੰਦੀ ਏ ਰੱਬ ਦੀ ਸੁਗਾਤ ਕੀਮਤੀ, ਬੜੇ ਭਾਗਾਂ ਨਾਲ ਮਿਲਦੀ ਏ ਸੁਗਾਤ ਕੀਮਤੀ, ਕਰ ਲਈਏ ਜਿੰਨਾ ਵੀ ਖੁਸ਼ੀਆਂ ਨੇ ਥੋੜੀਆਂ, ਆਓ ਮਨਾ ਲਈਏ ਧੀਆਂ ਦੀਆਂ ਵੀ ਲੋਹੜੀਆਂ, ਆਓ ਮਨਾ ਲਈਏ ਧੀਆਂ ਦੀਆਂ ਵੀ ਲੋਹੜੀਆਂ। ਅਤੇ ਅਸੀਂ ਵੀ ਸਾਰਿਆਂ ਨੇ ਰਲ ਮਿਲ ਕੇ ਹੁਣ ਇਹੀ ਉਪਰਾਲਾ ਕੀਤਾ, ਅਸੀਂ ਲੋਹੜੀ ਮਤਲਬ ਕੁੜੀਆਂ ਦੀ ਲੋਹੜੀ ਹਰ ਸਾਲ ਹੀ ਕਰਿਆ ਕਰਾਂਗੇ ਅਤੇ ਜੋ ਇਹਨਾਂ ਦਾ ਬਣਦਾ ਮਾਣ ਸਨਮਾਨ ਇਹਨਾਂ ਨੂੰ ਦੇਵਾਂਗੇ। ਇਹਦੇ ਵਿੱਚ ਤੁਹਾਨੂੰ ਮੈਮ ਨੇ ਦੱਸ ਹੀ ਦਿੱਤਾ ਵੀ ਲੜਕੀਆਂ ਨੂੰ ਸਨਮਾਨਿਤ ਕਰਨਾ, 1100 ਲੜਕੀਆਂ ਨੂੰ, ਨਵਜੰਮੀਆਂ ਨੂੰ ਜਿਨ੍ਹਾਂ ਦੀ ਪਹਿਲੀ ਲੋਹੜੀ ਆ ਉਹਨਾਂ ਨੂੰ ਗਰਮ ਕੱਪੜੇ ਵਗੈਰਾ ਦੇਣਗੇ ਅਤੇ ਜੋ ਬੱਚੀਆਂ ਕਿਸੇ ਵੀ ਫੀਲਡ 'ਚ ਅੱਗੇ ਆਈਆਂ ਨੇ ਲਾਈਕ ਸਟੱਡੀ ਐਜੂਕੇਸ਼ਨ ਸੋਰੀ ਐਜੂਕੇਸ਼ਨ ਹੋ ਗਈ, ਗੇਮਸ ਹੋ ਗਈ, ਸਿੰਗਿੰਗ ਲਾਈਨ ਹੋ ਗਈ ਆ, ਉਹਨਾਂ ਨੂੰ ਅਸੀਂ ਧੀ ਬਠਿੰਡੇ ਦੀ ਅਵਾਰਡ ਦੇ ਕੇ ਸਨਮਾਨਿਤ ਕਰਾਂਗੇ। ਅਤੇ ਇੱਕ ਰਿਕੁਐਸਟ ਸਾਰਿਆਂ ਨੂੰ ਹੀ ਕਰਨੀ ਚਾਹੂੰਗੀ, ਜਿੱਦਾਂ ਬਠਿੰਡੇ ਦੇ ਵਿੱਚ ਲੋਹੜੀ ਸੈਲੀਬ੍ਰੇਟ ਹੋ ਰਹੀ ਹੈ ਲੜਕੀਆਂ ਦੀ, ਉੱਦਾਂ ਸਾਡੇ ਪੰਜਾਬ ਦੇ ਵਿੱਚ ਹਰ ਸਿਟੀ ਦੇ ਵਿੱਚ ਇਹ ਉਪਰਾਲਾ ਹੋਣਾ ਚਾਹੀਦਾ।